मिलेगा, दुरूद पढ़ते हुए आगे तशरीफ जाएंगे, मुनासिब भी लग रहा था लीजिए आगे 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 बिल्कुल आगे आएंगे तो मजलिस शुरू होगी। आगे 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 बिस्मिल्लाह दुरूद पढ़िए बाबा से बुलंद सलावत। जलता है तो जल जाए कोई मेरी बला से, जलता है तो जल जाए कोई मेरी बला से, मैं जिक्र अली करता हूं खालिक की रजा से। अच्छा है जलो जिक्र अली सुन के मुसलसल, अच्छा है जलो जिक्र अली सुन के मुसलसल, हो जाओगे मानूस जहन्नम की फिजा से। मैं मुल्तमिस हूं जनाब जहीर अब्बास मुकद्दम साहब से तशरीफ लाए और इजहार मवद्दत फरमाए। मजलिस की कबूलियत वास्ते दुरूद सारे थे। बहुत मेहरबानी जी,
ਉਸ ਮਾਲਕ ਆਖਿਆ ਪੱਥਰ ਨਾਲ ਬੰਨਿਆ ਵੀ ਹੈ, ਜ਼ੁਲਮ ਵੀ ਕਰਦਾ ਹੈ। ਆਂਦਾ ਮੈਨੂੰ ਇਹ ਦੱਸ, ਜਿਸ ਅੱਲਾ ਨੂੰ ਤੂੰ ਮੰਨਣਾ ਹੈ ਉਸ ਨੂੰ ਵੇਖਿਆ ਹੀ? ਵੇਖ ਕੇ ਮੰਨੀ ਦਾ ਨਾ, ਜਿਸ ਅੱਲਾ ਨੂੰ ਤੂੰ ਮੰਨਣਾ ਹੈ ਉਸ ਨੂੰ ਵੇਖਿਆ ਹੀ? ਉਹ ਆਖਣ ਲੱਗਾ ਨਹੀਂ। ਅੱਛਾ ਇਹ ਦੱਸ, ਜਿਸ ਅੱਲਾ ਨੂੰ ਤੂੰ ਮੰਨਣਾ ਹੈ ਉਸ ਨੂੰ ਵੇਖਣਾ ਚਾਹੁੰਦਾ? ਬਹੁਤ ਮਿਹਰਬਾਨੀ ਜੀ, ਉਸ ਨੂੰ ਵੇਖਣਾ ਚਾਹੁੰਦਾ ਹੈ? ਜਨਾਬੇ ਬਲਾਲ ਆਉਂਦੇ ਨੇ ਨਹੀਂ, ਹਾਏ ਹਾਏ, ਵੇਖਣਾ ਵੀ ਨਹੀਂ ਚਾਹੁੰਦਾ, ਵੇਖਿਆ ਵੀ ਨਹੀਂ, ਤੇ ਫਿਰ ਮੰਨਣਾ ਹੈ? ਤੈਨੂੰ ਕਿਵੇਂ ਪਤਾ ਹੈ ਉਹ ਅੱਲਾ ਹੈ? ਜਨਾਬੇ ਬਲਾਲ ਆਉਂਦੇ ਨੇ, ਹੋਰ ਤੇ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ। ਮੈਨੂੰ ਸਰਕਾਰੇ ਮੁਹੰਮਦ ਮੁਸਤਫਾ ਫਰਮਾਇਆ ਉਹ ਅੱਲਾ ਹੈ ਤੇ ਮੈਂ ਮੰਨਣਾ। ਹੁਣ ਇਹਨੇ ਸਿਲਸਿਲੇ ਕਰਕੇ ਜਿਹੜੇ ਆ ਗਿਆ ਆਪਣੇ ਪਾਸੇ, ਉਹਨਾਂ ਦਿੱਤੀ ਅਜ਼ਾਨ, ਬੰਦੇ ਇਕੱਠੇ ਹੋ ਕੇ ਆ ਗਏ। ਯਾ ਰਸੂਲ ਅੱਲਾ, ਇਹ ਅਜ਼ਾਨ ਹੀ ਗਲਤ ਦਿੰਦਾ ਹੈ, ਤੂੰ ਚੁੱਪ ਰਹੇਗਾ, ਤੇਰੀ ਆਪਣੀ ਮਰਜ਼ੀ ਜੀ, ਇਹ ਅਜ਼ਾਨ ਹੀ ਗਲਤ ਦਿੰਦਾ ਹੈ ਤੇ ਕੱਲ ਤੋਂ ਅਸੀਂ ਆਪਣਾ ਬਾਂਗਾ ਰੱਖ ਲਿਆ। ਬਹੁਤ ਮਿਹਰਬਾਨੀ ਜੀ, ਅਸੀਂ ਆਪਣਾ ਬਾਂਗਾ ਰੱਖ ਲਿਆ ਹੈ, ਕੱਲ ਤੋਂ ਅਜ਼ਾਨ ਸਾਡਾ ਬਾਂਗਾ ਦਏਗਾ। ਜਿਹੜੇ ਦੇ ਉਹ ਆਪ ਕੇ ਟੁਰ ਪਏ, ਜਨਾਬੇ ਬਲਾਲ ਆ ਗਏ ਸਰਕਾਰੇ ਮੁਹੰਮਦ ਮੁਸਤਫਾ ਦੇ ਕੋਲ, ਸਲਾਮ ਕੀਤਾ। ਸਰਕਾਰ ਫਰਮਾਇਆ, ਬਲਾਲ ਜੀ ਆਕਾ, ਕੱਲ ਤੋਂ ਤੂੰ ਅਜ਼ਾਨ ਨਹੀਂ ਦੇਣੀ। ਅਗਲੇ ਜੁਮਲੇ ਤੇ ਹਰ ਬੰਦੇ ਨੇ ਬੋਲਣਾ ਹੈ, ਕੱਲ ਤੋਂ ਤੂੰ ਅਜ਼ਾਨ ਨਹੀਂ ਦੇਣੀ। ਜਨਾਬੇ ਬਲਾਲ ਆਂਦੇ ਨੇ, ਮੌਲਾ ਇਹ ਤੁਹਾਡਾ ਹੁਕਮ ਹੈ। ਇਸ ਜੁਮਲੇ ਨੂੰ ਸੁਣਦੀ, ਇਹ ਤੁਹਾਡਾ ਹੁਕਮ ਹੈ? ਸਰਕਾਰ ਫਰਮਾਇਆ, ਨਹੀਂ, ਇਹਨਾਂ ਦੀ ਜ਼ਿਦ ਹੈ। ਹਾਏ ਹਾਏ ਹਾਏ, ਸ਼ੁਕਰੀਆ, ਮਿਹਰਬਾਨੀ। ਇਹਨਾਂ ਦੀ ਜ਼ਿਦ ਹੈ, ਜਿਹੜੇ ਆਖਣ ਇਹਨਾਂ ਦੀ ਜ਼ਿਦ ਹੈ। ਉਸ ਵੇਲੇ ਜਨਾਬੇ ਬਲਾਲ ਆਉਂਦੇ ਨੇ, ਫਿਰ ਮੈਨੂੰ ਹੱਕ ਹਾਸਲ ਇਹਨਾਂ ਦੇ, ਜੀ ਮੈਂ ਵੀ ਕੁਝ ਕਰ ਲਵਾਂ। ਸਰਕਾਰ ਫਰਮਾਇਆ, ਬਿਲਕੁਲ। ਜਨਾਬੇ ਬਲਾਲ ਟੁਰਦੇ ਟੁਰਦੇ ਦਹਿਲੀਜ਼ੇ ਬਤੂਲ ਤੇ ਆਏ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਕੀ। ਸਿਰ ਰੱਖ ਕੇ ਦਹਿਲੀਜ਼ ਤੇ ਰੋਣਾ ਸ਼ੁਰੂ ਕੀਤਾ, ਨਾਲੇ ਇਲਤਜਾਵਾਂ ਸ਼ੁਰੂ ਕੀਤੀਆਂ, ਮੇਰਾ ਅੱਲਾ ਮੈਨੂੰ ਮੇਰੀ ਪਾਕ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਅੱਲਾ ਪਾਕ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਮੈਂ ਤੇ ਬੜੀ ਕੋਸ਼ਿਸ਼ ਕੀਤੀ ਹੈ, ਇਹ ਨਾ ਮੁਰਾਦ ਤਿੰਨ ਨੁਕਤੇ ਮੇਰੀ ਜ਼ੁਬਾਨ ਤੇ ਚੜ੍ਹਦੇ ਹੀ ਨਹੀਂ। ਅੱਲਾਹ ਅਕਬਰ, ਮੈਂ ਤੇ ਬੜੀ ਕੋਸ਼ਿਸ਼ ਕੀਤੀ ਹੈ, ਨਹੀਂ ਚੜ੍ਹਦੇ। ਤੇ ਇਹ ਜਿਹੜਾ ਅਟੈਕ ਕੀਤਾ ਨਾ ਅੱਲਾ, ਇਹ ਮੇਰੇ ਤੇ ਨਹੀਂ ਤੇਰੇ ਤੇ, ਇਹ ਜ਼ੁਬਾਨ ਅਤਾ ਮੈਨੂੰ ਕੀਤੀ ਹੈ ਤੈਨ। ਬਹੁਤ ਮਿਹਰਬਾਨੀ ਜੀ, ਮੇਰੇ ਤੇ ਅਟੈਕ ਨਹੀਂ, ਰੋ ਵੀ ਰਹੇ ਨੇ, ਇਲਤਜਾਵਾਂ ਵੀ ਕਰ ਰਹੇ ਨੇ। ਆਵਾਜ਼ ਪਹੁੰਚ ਗਈ ਅੰਦਰ, ਬੀਬੀ ਫਿਜ਼ਾ ਮਖਦੂਮਾ ਦੇ ਕੋਲ ਆਏ। ਮਖਦੂਮਾ, ਉਹ ਆਪਣਾ ਬਿਲਾਲ, ਉਹ ਰੋ ਰਿਹਾ ਹੈ, ਦਹਿਲੀਜ਼ ਤੇ ਮੱਥਾ ਰੱਖ ਕੇ ਰੋ ਰਿਹਾ ਹੈ, ਜਿਹੜੇ ਆਖੇ ਨਾ ਰੋ ਰਿਹਾ ਹੈ। ਮਖਦੂਮਾ ਫਰਮਾਇਆ, ਜਾ ਜਾ ਕੇ ਉਸਨੂੰ ਮੇਰਾ ਪੈਗਾਮ ਦੇ, ਪੈਗਾਮ ਤੋਂ ਬਾਅਦ ਮੈਂ ਮਿੰਬਰ ਛੱਡ ਦੇਣਾ, ਉਸਨੂੰ ਜਾ ਕੇ ਮੇਰਾ ਪੈਗਾਮ ਦੇ। ਜਨਾਬੇ ਫਿਜ਼ਾ ਟੁਰਦੇ ਟੁਰਦੇ ਆਏ ਦਹਿਲੀਜ਼ ਤੇ, ਉਹ ਸਜਦੇ ਚ ਉਹ ਇਲਤਜਾਮਾ ਕਰ ਰਹੇ ਨੇ। ਜਨਾਬੇ ਫਿਜ਼ਾ ਆਵਾਜ਼ ਦੇ ਕਹਿੰਦੇ ਨੇ, ਬਲਾਲ ਤੁਮ ਹੀ ਅਜ਼ਾਨ ਦੋਗੇ ਤੋ ਨਿਕਲੇਗਾ ਆਫਤਾ। ਬਹੁਤ ਮਿਹਰਬਾਨੀ, ਤੁਮ ਹੀ ਅਜ਼ਾਨ ਦੋਗੇ ਤੋ ਨਿਕਲੇਗਾ ਆਫਤਾਬ, ਬਾਹ ਕੋ ਸਰਾਨੇ ਰੱਖ ਕੇ ਸੋ ਜਾਓ ਚੈਨ ਸੇ। ਮਿਹਰਬਾਨੀ, ਸ਼ੁਕਰੀਆ। ਬਾਹ ਕੋ ਸਰਾਨੇ ਰੱਖ ਕੇ ਸੋ ਜਾਓ ਚੈਨ ਸੇ, ਸੁਕਹੋ ਨਾ ਹੋਣੇ ਪਾਏਗੀ, ਸੁਣ ਲੋ ਬਿਲਾਲ ਤੁਮ। ਅਗਲੀ ਸਦਰ ਬਹੁਤ ਬੜੀ ਹੈ, ਸੁਬਹੋ ਨਾ ਹੋਣੇ ਪਾਏਗੀ, ਸੁਣ ਲੋ ਬਿਲਾਲ ਤੁਮ, ਜ਼ੈਨਬ ਨੇ ਕਹਿ ਦਿਆ ਹੈ ਜਨਾਬੇ ਹੁਸੈਨ ਸੇ।
مہربانی، بہت شکریہ، بہت سونا استقبال کیتا یارب، کوئی مل جائے نا پہچاننے والا، تیرے بچیاں دی زندگی ہوئے، دنیا دا غم کوئی نہ ویکھے، قبلہ کوئی واسطہ ہوئے نا وہ اجڑ جائے، پھر اس دی کوشش ہوندی ہے کم از کم مینو وہ بندہ نہ ویکھے جس مینو وس دے ویلے ویکھیا۔ اللہ اکبر، آپ اندازہ کر کوفے دا بازار ہے، حسرت تیرے مولا دی، کوئی مل جائے نا پہچاننے والا، سجاد بازار میں سجاد دعا مانگ رہا ہے، اللہ اکبر، یا رب کوئی مل جائے نا پہچان